बट वो एग्रेस कोस किताब हो नेचर एग्रेस नया पागल लगी है बच्चे को डर के लस्सी का कैसे होने का लस्सी होने का लस्सी का ये रूप है मुझे रोड से क्या कहते हैं
ਕਿੰਨਾ ਹੋ ਗਿਆ? 7 ਮਿੰਟਾਂ ਦੀ ਹੋਈ ਗੱਲ। ਹੋਈ ਜਾ। ਅੱਗ ਕਿੰਨੇ ਲਾਗ ਲਾਇਆ ਸੀ ਇਹਨੂੰ? ਹੱਥ ਕਰਦੀਆਂ ਆ ਬਲਾ। ਕਿਹੜੀ ਹੈ? ਰਹਿਣਾ ਉਹ ਗਲਾ ਰਿਹਾ ਉਹ ਕਿਹੜੀ ਹੈ? ਅਰੇ ਨਹੀਂ ਹਾਂ ਵੈਸੇ ਲਗਾਤੀ ਪੈ ਗਿਆ।
बाबा भी सही है सीरे आई फिर राम दावा सो हाँ मेरे करम ये दोस्तों थोड़े क्या दिल दिता तेनू हर चल वे तुम ते बोलता हर आकर बस इन्हों ने हफ्ता हो गया ना तेनू बवाल लग गई थी मैं तो मुशक मरन लग गया दाग ने बारह पहले से बारह ये सल करा मिल आया आगे बस समझ ला साठ रुपये पाई जाना ना पहले बारह जसर को
ਚਾਚੂ ਨੂੰ ਛੱਡਿਆ ਕਰ ਮੈਂ ਤੇ ਚੁੱਕ ਕਾਪੀ ਕੁਪੀ ਤੇਰੇ ਮਿਲਿਆ ਕਰ ਚਾਚੂ ਕਹਿੰਦਾ ਇੱਥੇ ਨਹੀਂ ਰੱਖਣੀ ਚਾਚੂ ਨੂੰ ਮੈਂ ਛੱਡ ਬਹੁਤ ਅਖਲਾਰਾ ਏਦਾਂ ਕਰਨਾ ਅੱਜ ਵੀ ਰੋਜ਼ਾ ਰੱਖੀ ਹੋ ਕਿ ਨਹੀਂ ਤੈਨੂੰ ਮੈਂ ਨਹੀਂ ਰੱਖਿਆ ਚੱਲ ਫਿਰ ਅੱਜ ਮੈਂ ਤੁਹਾਨੂੰ ਫਿਰ ਮੁੰਡਾ ਯਾਰ ਇਹ ਨਾ ਕਰ ਯਾਰ ਪਰ ਪਤਾ ਨਹੀਂ ਉੱਥੇ ਰੱਖੀ ਜਾ ਕੇ ਜਲਦੀ ਜਲਦੀ ਰਾਹ ਜਾ ਹੋਰ ਮੰਡ ਫਿਰ ਮੈਂ ਬਿਲਾਲ ਦਾ ਸ਼ਗੀਰ ਦਾ ਆਉਂ ਗੱਲ ਨਹੀਂ ਰੱਖ ਫਿਰ ਅੱਜ ਦੇ ਦੇ ਕਿੰਨਾ ਰੱਖਦਾ ਤੂੰ ਰੱਖ ਰੱਖ ਹੈ ਕਿ ਮੂੰਹ ਉੱਤੇ ਨਾ ਲੰਘੇ ਮੂੰਹ ਤਾਂ ਅੱਗੇ ਨਹੀਂ ਭਾਈ ਲੰਘਣ ਦਿੰਦੇ ਬੈਗ ਵਾੜ ਦੇ ਨੁਕਰ ਗਏ ਇੱਥੇ ਉੱਤੇ ਕੀ ਲਾਉਣਾ ਜੀ ਕਿਹੜੀਆਂ ਉੱਤੋਂ ਲਿਆ ਸਾਰੇ ਇੱਥੇ ਲਾਈਏ ਫੈਲਾ ਨਾ ਫੈਲਾ ਹੋਣ ਗੱਤੇ ਨਾ ਗੱਤੇ ਹੋਣ ਤੇ ਲਿਫਾਫੇ ਨਾ ਲਿਫਾਫੇ ਹੋਣ ਉਹ ਕੀ ਬਣਿਆ ਉਹਨਾਂ ਦਾ ਫਿਰ ਜਿਹੜੇ ਸ਼ਿਕਾਰ ਕਰਨ ਗਏ ਸੀ ਉਹ ਕਿਹਦੀ ਲੱਭ ਗਈ ਉਹਨਾਂ ਨੂੰ ਰੇਲ ਲਾ ਦੇ ਉੱਤੇ ਕਹਿੰਦਾ ਰੇਲ ਲਾ ਦੇ ਮੈਂ ਰੇਲ ਨਹੀਂ ਲਾਉਣੇ ਉੱਤੇ ਰੋਜ਼ਾਨਾ ਦੇ ਵਾਧੇ ਆ ਫਿਰ ਮਟਾਉਂਦੇ ਆ ਅੱਗੇ ਰਿਮਾਂ ਦੇ ਪੰਜ ਪੰਜ ਵਾਰੀ ਰੇਲ ਵਧਾਏ ਵਧਾਏ ਬਸ ਹੁਣ ਮੋ ਗਿਆ ਕੰਮ ਹੋਵੇ ਰਾਸ਼ ਨਹੀਂ ਦੌੜਾ ਲੱਗਣੀ ਪਤਾ ਲਿਆ ਲਿਆ ਥੱਲੇ ਦੇ ਦਿੰਦਾ ਹਸਪਤਾਲ ਉਹ ਪਰਿਆਂ ਦੀ ਨਹਿਰ ਰੱਖੀ ਆ ਸੂਰਜ ਆਸੀ ਚੁੱਕ ਦੀ ਰਜਿਸਟਰ ਵੀ ਸਿਟੀ ਦੇ ਅੱਧਾ ਤੇ ਕੰਮ ਮੈਂ ਖਾਲੀ ਕਰਦਾ ਮੈਨੂੰ
ਜੇ ਦਿਲ ਦਿੱਤਾ ਤੈਨੂੰ ਹਰ ਚੰਨ ਵੀ ਤੂੰ ਮਿੱਠੇ ਬੋਲ ਤਾਂ ਹਰਿਆ ਕਰ ਬਟਰ ਬਜਾ ਖੋਲ ਨਾ ਕਰੀ ਚੱਲਦੇ ਰਹਿੰਦੇ ਕੀ ਚੀਜ਼ ਹੋ ਗਈ ਦੇਖ ਲਈ ਨਾ ਚਾਰ ਜਾਂਦਾ ਨਾ ਕਿੰਨੇ ਕੁ ਰਹਿ ਗਏ ਜਿਹੜੇ ਹੁਣ ਆਏ ਸੀ ਬਸ ਕਿੱਦਾਂ ਬੜਾ ਪਿਆ ਦੁਕਾਨੀ ਦਾ ਚਾਚੇ ਨੇ ਸਾਰਾ ਬੜਾ ਪਾਇਆ ਮਾਸ਼ਾਅੱਲ੍ਹਾ ਕਿਵੇਂ ਇਹਦਾ ਸੀਗਾ ਮਾਸੀ ਜੀ ਕਰਕੇ ਦੇਖੀ ਤਿਰਛੀ ਆ ਗਈ ਤਿਰਛੀ ਅੱਖ ਤੇਰੀ ਬਿੱਲੀ ਬਿੱਲੀ ਬੱਲੀ ਏ ਬੱਲੀ
ਜਨਾਨੀ ਉਠਾਉਂਦੀ ਰਹਿ ਗਈ, ਉੱਠ ਜਾ ਕੁੜੀਆ, ਫਿਰ ਰੋਜ਼ਾ ਰੱਖ ਲਾ ਰੱਖ ਲਾ ਰੱਖ ਲਾ। ਉਹ ਮੈਨੂੰ ਸ਼ੈਤਾਨ ਨੇ ਇੱਥੇ ਬੁਲਾ ਕੇ ਦਿੱਤੇ ਸੀ, ਮੈਂ ਉੱਠਾ ਨਹੀਂ। ਕਿਹੜੀ ਹੈ ਉਹ ਕੀ ਹੁੰਦਾ? ਨਵੇਂ ਨਵੇਂ ਸਕੂਲ ਬਣ ਗਿਆ, ਮੈਂ ਸਕੂਲ ਸਾਜ ਸਕੂਲ ਤੇ ਇਕਰਾ ਸਕੂਲ, ਕਿਹੜੇ ਕਿਹੜੇ ਸਕੂਲ ਨਹੀਂ ਹੈਗਾ? ਉਹ ਆ ਪਹਿਲੇ ਨਹੀਂ ਸੀਗਾ, ਮੈਂ ਕਹਿੰਦਾ ਹੁਣ ਨਾ ਚੇਂਜ ਕਰ ਦਿੱਤਾ, ਪਾਸ ਬੰਦ ਕਰ ਦਿੱਤਾ। ਬਦਲ ਗਿਆ ਸਜਣਾ, ਅਸੀਂ ਬਦਲੇ ਨਹੀਂ ਆ। ਤੂੰ ਉਸ ਕੰਮ ਤੇ ਜੋ ਅਲਮਾਰੀ ਪੱਟੀ ਹੈ ਨਾ, ਕੋਈ ਗਿੱਲਾ ਪਿਆ ਜਾ ਲਈਏ, ਤੂੰ ਬਹਿ ਤੇ ਮਾਰ ਮਜ਼ਾਕ ਕਰ ਰਹੀ ਹਾਂ, ਮਜ਼ਾਕ ਕਰ ਰਿਹਾ ਜੋ ਉਹਨਾਂ ਹੀ ਰੰਗ ਲੈਦਾ ਮਜ਼ਾਕ ਤੁਰ ਗਈ ਤੂੰ ਬਦਲ ਗਿਆ ਸਜਣਾ, ਢੋਲ ਕਿਉਂ ਮਾਰਦੇ ਬੇਟੇ? ਵਿਆਹ ਕਿਉਂ? ਖੜਾ ਪਾਈਏ ਖੜਾ ਡੇਢ ਸੌ ਰੁਪਏ ਲੈ ਲਈ ਭਾਈ ਜੀ।
500 Roots, Nash, Trapley. Oh, I love you.
ਇੱਥੇ ਇੱਕ ਮੈਥ ਦੀ ਕਿਤਾਬ ਪਈ ਸੀ ਉਹਨੇ ਮੈਂ ਦੇਖੀ ਆ ਦੇਖੀ ਆ ਮੈਨੂੰ ਲੱਗ ਗਈ ਹੈ ਕਾਗਜ਼ ਲੈ ਘੰਟਾ ਹੋਣ ਵਾਲਾ ਬਸ 48 ਮਿੰਟ ਹੋ ਗਏ ਬੁੜੀ ਗੱਲ ਹੈ ਭੁੱਖ ਲੱਗਦੀ ਹੈ ਵਾਕਈ ਸਿੱਧੇ ਕਰ ਦਿੰਦੇ ਹਵਾ ਭਰਵਾ ਭਰ ਦੇਣਾ ਤੂੰ ਹਵਾ ਭਰ ਹਾਂਜੀ ਸਿੱਧੇ ਕੀਤੇ ਇਹਨਾਂ ਦਾ ਹਾਂ ਇਸ ਤਰ੍ਹਾਂ ਇਹ ਗੁਲਦਾਰੇ ਬਣ ਗਿਆ ਲੈ ਇਹ ਨਾ ਬਣੇ ਨਹੀਂ ਕਿੰਨੇ ਇਹ ਦੇ ਇੱਕ ਲੋ ਕੱਢ ਦੇ ਇਹ ਬਾਅਦ ਚ ਚਲ ਬਾਅਦ ਚ ਜੁਗਾ ਯਾਰ ਤੇ ਇਹ ਗੁਲਦਾਰੇ ਬਣ ਗਿਆ ਹਾਂਜੀ ਸਭ ਦੇ ਗੁਲਦਾਰੇ ਸਿੱਧੇ ਕੀਤੇ ਇਹਨਾਂ ਦਾ ਹਾ
Vai tirando isso. Não tem dinheiro, não tem dinheiro. 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 Não शिकार बन जाएगा, मौत तक पहुंचेगा।
ਇਹਨੇ ਫਿਰ ਹਾਰ ਉਡਾ ਬੈਠਣੀ ਹੈ ਇਹਨੇ ਕਹਿਣਾ ਤੂੰ ਹਾਰ ਉਡਾ ਬੈਠਣੀ ਹੈ ਹਾਰ ਤੇਰੀ ਉੜ ਜਾਣੀ ਹੈ ਫਿਰ ਤੂੰ ਮੈਨੂੰ ਕਹਿਣਾ ਵੀ ਇਹਦੀ ਹਾਰ ਉੜ ਗਈ ਹੈ ਤਾਲਾ ਦਾ ਕੀ ਆ ਸਾਡਾ ਦੇਖ ਪੀੜੀਆ ਤਾਂ ਹੈ ਚਾਰ ਦਾ ਪਿਆ ਹੁੰਦਾ ਆਪਣੇ ਮਾਂ ਬਾਪ ਕਾ ਤੋ ਦਿਲ ਨਾ ਦੁਖਾ ਦਿਲ ਨਾ ਦੁਖਾ ਚੰਗੀ ਬਾਰਿਸ਼ ਹੋਈ ਹੈ ਵੀ ਰੋਜ਼ਾ ਹਜੇ ਤੱਕ ਤੇ ਰੋਜ਼ੇ ਭਾਈ ਜੀ ਅੱਲਾਹ ਤਾਲਾ ਨੇ ਕਿਤੇ ਠੰਡੇ ਅੱਜ ਸੱਤ ਤੇ ਹੋ ਗਏ ਮੁਕੰਮਲ ਹਾਲਾਂਕਿ ਇੱਥੇ ਰਸ਼ ਰਿਹਾ ਦੁਕਾਨ ਤੇ ਦੌੜ ਵੀ ਆਈ ਰਹੀ ਆ ਮੈਨੂੰ ਨਾ ਪਹਿਲਾਂ ਪਹਿਲਾਂ ਰੋਜ਼ੇ ਦਾ ਬੜਾ ਮਸਾ ਉਹਦੇ ਨੇ ਤਬੀਅਤ ਨਹੀਂ ਠੀਕ ਆ ਬੜਾ ਔਖਾ ਗੁਜ਼ਰਿਆ ਉਹ ਦਿਲ ਖਬਰਾਬ ਹੋ ਰਿਹਾ ਮੈਂ ਫਿਰ ਉਹਨੇ ਥੋੜਾ ਜਿਹਾ ਪਾਣੀ ਪੀਤਾ ਉਦੋਂ ਅਸੀਂ ਉੱਡੀ ਆ ਉਹ ਫਿਰ ਮੈਂ ਥੋੜੀ ਦੇਰ ਰੈਸਟ ਕੀਤਾ ਖਾ ਕੇ ਫਿਰ ਮੈਂ ਰੋਟੀ ਲਿਆਓ ਥੋੜੀ ਜਿਹੀ ਖਾਈਏ ਸਹੀ ਫਿਰ ਪਤਾ ਦਵਾਈ ਖਾਂਦਾ ਰਾਤੀ ਉਹਦਾ ਨਾ ਜਿਹੜਾ ਹੁੰਦਾ ਲੈਬਾਰਟਰੀ ਉਹਨੂੰ ਬੁਲਾਇਆ ਚੈੱਕ ਕੀਤਾ ਬਲੱਡ ਪ੍ਰੈਸ਼ਰ ਡਾਊਨ ਹੋਇਆ ਉਹ ਬਾਈ ਜੀ ਉਹਨੇ ਤੂੰ ਕੁਛ ਚੀਜ਼ ਨਾ ਥੋੜੀ ਦੇਰ ਖਾ ਕਰ ਚੱਲ ਬਾਈ ਚੱਲ ਚੱਲ ਸ਼ਾਬਾਸ਼ ਕਿਤਾਬ ਚੁੱਕੇ ਖਾਨੇ ਚ ਲਾਈਏ ਥੱਲੇ ਜਿਹੜੀ ਕਿਤਾਬ ਖੁੱਲਦੀ ਆ ਨਾ ਉਹਨੂੰ ਸਾਰੀ ਦੀ ਕੀਮਤ ਲੱਗੀ ਹੋਈ ਆ ਲੀਡ ਥੱਲੇ ਚਾਹੀਦੀ ਮੈਂ ਬਾਈ ਤੋਂ ਸਮੇਂ ਦਾ ਹੋ ਗਿਆ ਖਬਰ ਕਰ ਲਾ ਪਾਈ ਕੰਮ ਨਾ ਕਰੀਏ ਮੇਰੇ 50 ਰੁਪਈਏ ਕਿੱਦਣ ਕੰਮ ਆਏ ਇੱਕ ਮਿੰਟ ਆਈ ਹੋ ਗਈ ਇੱਕ ਘੰਟਾ 3 ਮਿੰਟ ਨਹੀਂ ਹੋ ਗਈ ਦੋ ਤੋਂ ਢਾਈ ਘੰਟੇ ਕਹਿੰਦੇ ਹਾਂ
ਤੇਰੇ ਹੋਰ ਰਿਕਾਰਡਿੰਗ ਹੋ ਰਹੀ ਹੈ ਕੋਈ ਕਿਹੜੀ ਚੀਜ਼ ਦੀ ਕੈਮਰੇ ਨਹੀਂ ਵੈਸੇ ਕੀ ਜਾ ਰਿਹਾ ਰਿਕਾਰਡਿੰਗ ਹੋ ਰਹੀ ਸਕਰੀਨ ਦੀ ਕਿਹੜੀ ਸਕਰੀਨ ਦੀ ਵੀਡੀਓ ਬਣਨ ਦੀ ਕਿਹੜੀ ਚੀਜ਼ ਦੀ ਵੈਸੇ ਮੈਂ ਤੇਰਾ ਕੰਮ ਆ ਮੇਰਾ ਬਿਜਲੀ ਦਾ ਯਾਰ ਅੱਛਾ ਇਹ ਬਣ ਕੇ ਮੈਂ ਨੈਟ ਤੇ ਸਿੱਟਾਂਗਾ ਵਾਈ ਟਾਈਮ ਮੇਰਾ ਹੋ ਜਾਣਾ ਵੀਡੀਓ ਮੇਰਾ ਕੰਮ ਚੱਲ ਜਾਏ ਇੱਕ ਵਾਰ ਜਿੱਦਾਂ ਸ਼ੁਰੂ ਕਰਨੀ ਹੋਰ ਕੀ ਨਾ ਜੀ।
ਤੇ ਫਿਰ ਚਲੇ ਗਈ ਹਾਂ ਮਟੂ ਮੈਂ ਕਹਾਂ ਜਿਹੜਾ ਤੂੰ ਨੂੰ ਕਰਦਾ ਪਿਆ ਨਾ ਇਹਨੇ ਹਾਰ ਫੇਰ ਉੱਡ ਜਾਣੀ ਹੋਇਆ ਕੀ ਹੈ ਜੀ ਤੈਨੂੰ ਪਤਾ ਨਹੀਂ ਮੈਂ ਇਹਨੂੰ ਕਹਾਂ ਚਲੋ ਮੈਂ ਕਹਾਂ ਲਾ ਵੀ ਵਾਇਰਿੰਗ ਚੈੱਕ ਕਰਾ ਇਹ ਜਿਹੜੀ ਨੀਡਲ ਤਾਰ ਨਹੀਂ ਆਉਂਦੀ ਮੈਂ ਚੈੱਕ ਕਰਾਇਆ ਕਿ ਤੂੰ ਹੁਣੀ ਸਪਾਰਕਿੰਗ ਕਰ ਦਿਓ ਨਾ ਪਹਿਲਾਂ ਬੰਦਾ ਹਾਰਡ ਵਾਲ ਨਵੀਂ ਪਵਾਈ ਹੈ ਪਹਿਲਾਂ ਤੇਰੇ ਫਿਰ ਸੜ ਜਾ ਫਿਰ ਲੈਪਟਾਪ ਦੀ ਮੈਮਰੀ ਪੁੱਛੀ ਆ ਕਹਿੰਦੇ ਜੀ 5000 ਦੀ ਪੈਣੀ ਮੈਮਰੀ ਵਾਪਸ ਬਲਕਿ ਲੈ ਕੇ ਮੈਂ ਤੇਰੇ ਕਰਕੇ ਲੈ ਆਇਆ ਕਿਤੇ ਕਰਕੇ ਲੈ ਆਇਆ ਹਾਂ ਕਾਊਂਟਰ ਤੇ ਪਏ ਜੇ ਅੱਗੇ ਹਾਂਜੀ ਇਹਦਾ ਬਾਈ ਬਾਈ ਬਾਈ
Thank you.
ਕਦੋਂ ਕਿਹਦੇ ਕੋਲ ਲੈਣਾ ਵਾ ਕਿੰਨੇ ਮੈਂ ਕਿੱਥੋਂ ਸੋਣੇ
ਉਹ ਤਾਂ ਤੇਰੀ ਉਸ ਤੋਂ ਬਹੁਤੀ ਤੇ ਬਚਤ ਹੋ ਗਈ ਵੈਸੇ ਹਾਂ ਥੋੜ੍ਹੀ ਭਾਈ ਜਿਹੜੀ ਹੈਗੀ ਆ ਤੁਸੀਂ ਫਿਰ ਰਹਿੰਦਾ ਕੋਈ ਨਾ ਕੋਈ ਜਿਮਾਉਣੀ ਕਰਨੀ ਹਾਂ ਕਿੰਨੀ ਰਾਜਾ ਤੈਨੂੰ ਬੱਚਤ ਹੋਈ ਫਿਰ ਵੀ ਤੂੰ ਰੋਂਦੇ ਬਸ ਉਹ ਮੌਲੀ ਨਹੀਂ ਉਹਨੇ ਕਿਹਾ ਸਭ ਤੋਂ ਜ਼ਿਆਦਾ ਨਾ ਗੁਰਬਤ ਦੀ ਜ਼ਿੰਦਗੀ ਅਮੀਰ ਆਦਮੀ ਕਦਾਰ ਦਾ ਉਹ 99 ਦੇ ਚੱਕਰ ਹੀ ਰਹਿੰਦਾ ਹਾਰਟ ਕਿਤੇ ਇੰਨੇ ਕੁ ਹੋਰ ਆ ਜਾਣਾ ਹੁਣ ਦੋ ਦੁਕਾਨਾਂ ਲੈ ਲਈਆਂ ਤਾਂ ਕਿਤੇ ਮੈਂ ਇੱਕ ਹੋਰ ਲੈ ਲਾ ਤੇ ਫਿਰ ਮੈਂ ਖੁਸ਼ਹਾਲ ਹੋ ਜਾਣਾ ਇਹ ਮੇਰੇ ਤਿੰਨ ਬੱਚੇ ਨੇ ਮੈਂ ਦੋਵਾਂ ਨੂੰ ਸੈੱਟ ਕਿਤੇ ਕਰਦਾ ਨਾ ਇਸ 'ਚ ਉਹਦੀ ਜ਼ਿੰਦਗੀ ਗੁਜ਼ਰ ਜਾਂਦੀ ਆ ਹੁਣ ਕਿ ਗਰੀਬ ਆਦਮੀ ਆ ਇਹਨੇ ਕਮਾਉਂਦਾ ਦਾ ਸੌ ਕਮਾਇਆ ਚਲੋ ਖਾਓ ਸਕੂਲ ਨਾ ਸਵੇਰੇ ਅੱਲਾ ਹੋਰ ਦੇ ਉਹਦਾ ਤਵੱਕਲ ਅੱਲਾ 'ਤੇ ਆ ਅੱਲਾ ਉਹਨੂੰ ਦਿੰਦਾ ਵੀ ਆ ਥੋੜ੍ਹੀ ਲੰਘ ਗਿਆ ਬਹੁਤੀ ਲੰਘ ਗਈ ਆ ਥੋੜ੍ਹੀ ਰਹਿ ਗਈ ਆ ਲੰਘਿਆ ਵੀ ਜਾਣੀ ਆ ਸ਼ੁਕਰ ਅਲਹਮਦੁਲਿਲਾ ਭਾਈ ਕੱਲ ਆ ਜੇ ਤੇ $50 ਸੋ ਆਪਣਾ ਇਹ $50 ਨਾਲ ਪ੍ਰਾਫਿਟ ਆ ਹੁਣ $10 ਟਿਕਟ ਖਰੀਦ ਹੁੰਦੀ ਹੈ ਇੱਕ ਮਹਿੰਗੇ ₹100 ਪ੍ਰਾਫਿਟ ਲੱਭਦੀ ਹੈ $10 ਨਾਲ $150 ਨਾਲ ਉਹਨੇ ਪ੍ਰਾਫਿਟ ਜ਼ਿਆਦਾ ਹੀ ਲੱਭਦੀ ਪਈ ਹੈ ਕਿਹੜੀ ਕੰਪਨੀ ਦੇਣੇ ਸੀ ਉਹਨੂੰ ਪੈਸੇ ਲੱਖ ਰੁਪਇਆ ਨਾ ਕੋਈ ਸੋਨੇ ਦੇ ਵਾਲੇ ਲੈਣ ਦਿੱਤੀ ਯਾਰ ਉਹ ਕਹਿੰਦਾ ਬਿੱਲ ਲੈ ਲਾਗਾ ਕਿੰਨਾ ਵੱਧ ਜਾਂਦਾ ਨਾ ਕੋਈ ਨਾ ਬੱਚਾ ਇਹਨਾਂ ਦਾ ਬਿੱਲ ਲੈ ਲਾਗਾ ਕਿੰਨਾ ਹੋਊ
ਉਹ ਸਾਰੇ ਮੋਢੇ ਚੰਗੇ ਕਹਿੰਦਾ 5 ਲੱਖ ਪਾ ਲਾ ਵਿੱਚ ਦੇਖੀ ਕਮਾਈ 87 ਤੋਂ ਤੇ ਬਿੱਲ ਵੀ ਨਹੀਂ ਹੋਣਾ ਮੈਂ ਨਾ ਸ਼ਾਮ ਲੈ ਲਾ 5 ਲੱਖ ਮੈਂ ਪਾ ਲੈਣਾ ਪ੍ਰੋਫਿਟ ਆਪਣੀ ਦੋਨਾਂ ਦੇ ਦੋ ਦੀ ਜਿਹਦੇ ਨਾਲ ਅੜ ਗਈ 5 ਲੱਖ ਤੋਂ ਲੈਣਾ ਉਹ ਫਿਰ ਨਾਲ ਗਿਆ ਕਹਿੰਦਾ ਨਾ ਉਹ ਭਾਈ ਗੱਲ ਭਲਾ ਕੀ ਆ ਕਹਿੰਦੇ ਜਦੋਂ ਤੱਕ ਲਾਲਚੀ ਜਿੰਦਾ ਰਹੇ ਨਾ ਠੱਗ ਭੁੱਖੇ ਨਹੀਂ ਮਰਦੇ ਉਹ ਕੋਈ ਨਾ ਕੋਈ ਨਵਾਂ ਹਲਵਾ ਕੱਢ ਲੈਂਦੇ ਆ ਆਵਾਮ ਉਹਦੇ ਪਿੱਛੇ ਲੱਗ ਜਾਂਦੀ ਆ ਇਹ ਆਵਾਮ ਨੇ ਲੱਭ ਲਿਆ ਸ਼ਾਰਟਕਟ ਸਾਡੇ ਰਿਸ਼ਤੇਦਾਰਾਂ ਨੇ ਬੜੇ ਪੈਸੇ ਪਾਏ ਸੀ ਡਬਲ ਸ਼ਾਹ ਸੀਗਾ ਇਹਦੇ ਚ ਬੜੇ ਪਹਿਲੇ ਕੋਈ ਵੀ ਨੀ ਮਾਸੀ ਵੀ ਨੀ ਸਾਡਾ ਵੀ ਨੀ ਹੈ ਜਦੋਂ ਨੱਸ ਗਿਆ ਨਾ ਸਾਰੇ ਮੰਨਦੇ ਹੀ ਨਹੀਂ ਪਹਿਲੇ ਕੋਈ ਸਾਡੇ ਨਹੀਂ ਹੈਗੇ ਬਾਅਦ ਚ ਕਈ ਨਿਕਲੇ ਵਿੱਚੋਂ ਸਾਡੇ ਇੰਨੇ ਸੀਗੇ ਸਾਡੇ ਉਹੀ ਉਦੋਂ ਪਤਾ ਲੱਗਾ ਜਦੋਂ ਕਹਿੰਦੇ ਜੀ ਉਹਨਾਂ ਦੇ ਪੈਸੇ ਜਿਹੜੇ ਨਾ ਵਾਪਸ ਲੱਭਣੇ ਸ਼ੁਰੂ ਹੋ ਗਏ ਆ ਉਦੋਂ ਕਈ ਤੁਰ ਪਏ ਸਾਡੇ ਇੰਨੇ ਸੀਗੇ ਕਈ ਯਾਰ ਪਲਾਟ ਵੇਚ ਵੀ ਕੇ ਪੈਸੇ ਦਿੱਤੇ ਸੀ ਉਹ ਵੇਚ ਤੋਂ ਵੀ ਕੀ ਕਰਨੇ ਆ ਸਾਡਾ ਇੱਕ ਮਾਮਾ ਉਹਦਾ ਚੌਕ ਆ ਪਲਾਟ ਸੀ ਉਹਨੇ ਪਲਾਟ ਵੇਚ ਕੇ ਚਲਾ ਦਾ ਮੈਂ ਕਿਹਾ ਵੀ ਉਹਦੇ ਪਲਾਟ ਇੰਨੇ ਚ ਕਰੋੜਾਂ ਦਾ ਹੋਇਆ ਸੀ ਨਾਲੇ ਇੱਕ ਚੀਜ਼ ਹੈਗੀ ਆ ਬਾਈ ਜਿਹਦੇ 'ਚ ਤੁਹਾਨੂੰ ਕੋਈ ਮਿਹਨਤ ਇੱਦਾਂ ਕਰਦੇ ਆ ਨਹੀਂ ਕਰਦੇ ਉੱਥੋਂ ਬਗੈਰ ਪੈਸੇ ਆਉਂਦੇ ਆ ਨਾ ਉਹ ਹਰਾਮ ਉਹਦੇ 'ਚ ਤੁਹਾਨੂੰ ਫਾਇਦਾ ਨਹੀਂ ਹੋ ਸਕਦਾ ਮੌਕੇ ਤੇ ਆਪ ਹੀ ਨੀ ਬੜਾ ਨਾ ਇੱਦਾਂ ਆ ਕੇ ਇੱਦਾਂ ਦੇ ਲਈ ਇੱਕ ਦਿਨ ਆਪ ਹੀ ਨੀ ਕਹਿਣਾ ਯਾਰ ਇੰਨੇ ਪੈਸੇ ਮੱਟੂ ਮਾਰੇ ਉਹ ਦੇਖ ਲਾ ਉਦੋਂ ਦਾ ਉੱਠਿਆ ਨੀ ਉਹ ਥੋੜਾ ਮੇਰੇ ਪਿੰਡ ਦਾ ਸੀ ਉਹ ਆਦਲ ਘਰ ਜਾ ਕੇ ਬਹਿ ਗਿਆ ਇੰਨੇ ਪੈਸੇ ਉਹਨੇ ਲੋਕਾਂ ਦੇ ਦੇਣੇ ਸੀਗੇ ਬੰਦੇ ਉਹ ਲਾਲਾ ਹੀ ਦਿੰਦੇ ਆ ਤੇ ਫਸ ਗਿਆ ਹੋਰ ਫਸਾਓ ਠੇਕੇਦਾਰ ਬਣ ਗਿਆ ਇੱਥੇ ਰਹਿ ਭੇਜਦਾ ਵੀ ਉੱਥੇ ਫਲਾਣੇ ਇੱਥੇ ਬੰਦੇ ਇੰਨੇ ਭੇਜ ਦੋ ਲੇਬਰ ਦੇ ਇੰਨੇ ਇੱਧਰ ਭੇਜ ਦੋ ਤੇ ਬਾਕੀ ਦੂਸਰੀ ਗੱਡੀ ਕਿੱਥੇ ਪਹੁੰਚੀ ਆ ਉਹ ਭਾਈ ਉਹਨਾਂ ਨੂੰ ਗੱਡੀਆਂ ਦੇ ਨੰਬਰਾਂ ਦਾ ਸਿਰਫ ਗੱਲ ਹੁੰਦੀ ਆ ਕੋਈ ਕਿੱਥੋਂ ਦਾ ਮੀਆਂ ਵਾਲੀ ਦਾ ਸੀਗਾ ਅੱਲਾਹ ਤਾਲਾ ਉਹਦੀ ਮਗਫਰਤ ਕਰੇ ਉਹ ਬਹੁਤ ਅੱਛਾ ਬੰਦਾ ਸੀ ਯਾਰ ਬਹੁਤ ਹੋ ਗਿਆ ਉਹਦਾ ਗੱਡੀਆਂ ਦਾ ਕਾਰੋਬਾਰ ਸੀ ਨਾਲ ਉਹ ਨਾ ਇਸਲਾਮਾਬਾਦ ਹੋਸਪਿਟਲ ਵਿੱਚ ਜਾਬ ਕਰਦੇ ਬਤਾਲੀ ਕੀਤਾ ਉਹ ਭਾਈ ਜੀ ਇੱਕ ਦਿਨ ਉਹਦੇ ਕੋਲ ਚੱਲ ਗਏ ਉਹ ਪਿੰਡੀ ਨਾ ਤਰਨੋਲ ਮੋੜ ਤੇ ਉਹਦਾ ਅੱਡਾ ਸੀਗਾ ਉਹਨਾਂ ਦੀ ਆਈਡੀ ਇੱਥੋਂ ਜਾਂਦੀ ਹੈ ਨਾ ਕਰਾਚੀ ਦੇ ਟਾਈਮ ਵੀ ਸੀਗੇ ਉਹਨਾਂ ਦੇ ਜਿਹੜੇ ਮਨਸੇਰੇ ਤੋਂ ਨਿਕਲਦੇ ਸੀਗੇ ਤੇ ਬਹੁਤ ਹੀ ਉਹਨਾਂ ਦੀਆਂ ਗੱਡੀਆਂ ਸੀਗੀਆਂ ਦੂਸਰੀਆਂ ਜਿਹੜੀਆਂ ਇਹ 2-wheeler ਟਰਾਲਰ ਨੇ ਬਸ ਜੀ ਉਹ ਸ਼ਾਮੀ ਡਿਊਟੀ ਤੋਂ ਫਾਰਗ ਹੋਇਆ ਉਹਨੂੰ ਕਿਹਾ ਅੱਛਾ ਹਾਫਿਜ਼ ਸਾਹਿਬ ਕਜ਼ਨ ਤੇਰਾ ਆਇਆ ਵਾ ਅੱਜ ਨਾ ਤੁਹਾਡੀ ਰਾਤ ਦੀ ਦਾਵਤ ਮੇਰੇ ਕੋਲ ਆ ਭਾਈ ਇਹ ਠੀਕ ਆ ਉਹ ਚੱਲ ਗਿਆ ਉਹਦੇ ਅੱਡੇ 'ਤੇ ਜੀ ਉਹਦੇ ਨਾਲ ਹੋਟਲ ਸੀ ਉੱਥੇ ਖਾਣਾ ਖਾਣਾ ਖੈਰ ਹੋਟਲ ਉਹਨੇ ਅੱਛਾ ਬਣਾਇਆ ਉਹ ਕਹਿੰਦਾ ਉਹ ਤੋਂ ਬਾਅਦ ਜਿਉਂ ਸ਼ੁਰੂ ਹੋਇਆ 88-55 ਕਿੰਨੇ ਵਹਿੰਦੀ ਪਈ ਹੈ ਜੀ ਫਲਾਣੀ ਕਿੰਨੇ ਵਹਿੰਦੀ ਪਈ ਹੈ ਤੂੰ ਕਿੱਦਾਂ ਵਹਿੰਦਾ ਪਈ ਹੈ
ਸਾਹਮਣੇ ਚੱਕੀ ਨਾ ਬੋਰਡ ਸਰ। ਇਸ ਤੋਂ ਬਾਅਦ ਨਾ ਫਿਰ ਇੱਕ ਵਾਰੀ ਬਿੱਲ ਬਣਾਉਣੇ ਬੈਂਕਾਂ ਦੇ ਸਫਾਈ ਕਰੀਏ ਪਾਣੀ ਦਾ ਅਸ਼ਰ ਦੇ ਕੱਲ ਤਹਿਖਾਨੇ ਪਾਣੀ ਆ ਗਿਆ ਨਾ ਪੂਰਾ ਓਦਾਂ ਪਤਾ ਲੱਗਣਾ ਵੀ ਉਹ ਕੀ ਹੋ ਗਿਆ। ਲੈ ਜਾ ਰਿਹਾ ਕਿਦਾਂ ਕਿਤੇ ਆ ਸਲਾਮੀਆ ਦਵਾਕੀ ਤੇ ਆਮਾ ਮੈਂ ਥੋੜੀ ਤੋਂ ਇੰਗਲਿਸ਼ ਕਿੰਨੀਆਂ ਕਿਤਾਬਾਂ ਪੰਜ ਤੇ ਨਿਕਲ ਜਾਣੀ ਵਿੱਚੋਂ ਪੰਜ ਸੈਂਪਲ ਜਿਹੜੇ ਕੱਢੀਏ ਨਾ ਛਾਪਾ ਨਾ ਲੇ ਵਟਾ ਦੇ ਇਹ ਵ
ਬਸ ਮਾਰ ਹੋ ਗਿਆ la parte
ਫਿਰ ਉਹ ਕੱਢਣੇ ਪਏ ਜੇ ਫਾਰਮ ਤੇ ਫਿਰ ਅਸੀਂ ਮਸਲਾ ਬਣੇ ਕਿਤਾਬਾਂ ਸੀ ਉਹ ਕੱਢ ਕੁਦ ਲਾਤੀ ਇੰਗਲਿਸ਼ ਦੀਆਂ ਉਹਨੇ ਆਏ ਤੇ ਸੈੱਟ ਬਣਾਈਏ ਯਾਰ ਪਲੇਅਰ ਗਰੁੱਪ ਦੇ ਸੈੱਟ ਬਣਾਏ ਨੀ ਕਿ ਇਹਨਾਂ ਨੂੰ ਵੀ 20 ਸੈੱਟ ਬਣਾ ਕੇ ਬਾਕੀ 10 ਦਾ ਟੰਪਲੀਆਂ ਖਾਣੇ ਚਲਾ ਕੇ ਤੋ 20 ਗੱਡੀ ਅੰਗਰੇਜ਼ੀ ਦੀਆਂ ਕਿਤਾਬਾਂ ਲੜਾਈ ਸ਼ੁਰੂ ਕਰਦੀ ਉਹਨਾਂ ਨੇ ਫਿਰ ਕਾਬੂ ਹੋ ਗਿਆ ਕੀ ਆ ਲੱਗਿਆ ਕੀ ਬਾਲੇ ਕਿਹੜੇ ਸਾਲ ਤੇ ਕੋਈ
ਬੰਦਾ ਮਾਰ ਕੇ ਰੱਖ ਲਿਆ ਮੈਂ
Thank you.
ਪੈਸਾ ਲਗਾਉਣਾ ਡਰਾਮਾ ਬਣਾਉਣ ਦੇ ਤੇ ਕਮਾਇਆ ਹੀ ਬੜਾ ਹੈ ਜਾਣਾ ਪਹਿਲੇ ਬੰਦਾ ਇੱਥੋਂ ਕਿਤਾਬ ਚੁੱਕ ਚੁੱਕ ਦੇਈ ਜਾ ਪੈਸ ਦੀ ਇੱਥੋਂ ਚੁੱਕ ਚੁੱਕ ਖਾਨੇ 'ਚ ਲਾਉਣੀ ਹੈ ਗੱਲਾਂ ਪਿਆਰ ਦੀ ਚਲੋ ਪਿੱਛੋਂ ਸਫਾਈ ਮਾਰਦੇ ਹੋ ਸਾਰੇ ਚਲੋ ਥੱਲੋਂ ਨੇ ਕੋਈ ਸਫਾਈ ਮਾਰਦੇ ਚਾਪਰ ਚੁਪਰ ਜੋ ਕਦੇ ਦੇ ਬਾਅਦ ਵਿੱਚ ਨਾ ਗਿਆ ਕਿੱਥੇ ਗਿਆ ਸੀ ਆਇਆ ਕਪੂਰ ਬਾਹਰ ਰਹਾ ਹੈ
Yeah.
Gracias.
¿Qué
ਸਰ ਜੀ ਉਹ ਨਰਸਰੀ ਨਹੀਂ ਨਾ ਹੋਣੀ ਆ ਉਹ ਜਿੱਥੇ ਜਿਹੜੇ ਦਿਖਾਣੀ ਆ ਕਿਹੜਾ ਪਈ ਹੋਣੀ ਆ ਕੋਈ ਵੀ ਨਹੀਂ ਪਈ ਕਿਸੇ ਹੋਰ ਸਕੂਲ ਦੀ ਚੱਲੀ ਪੀਜੀ ਦੀਆਂ ਪਈਆਂ ਨੇ ਬਸ ਉਸ ਤੋਂ ਇਲਾਵਾ ਤੇ ਨਰਸਰੀ ਬਣਾ ਕਰਾਉਂਦਾ ਹੀ ਕੋਈ ਨਹੀਂ ਦਿਖਾ ਦਿਓ ਪੀਜੀ ਦੀ ਦਿਖਾ ਦਿਓ ਅਸੀਂ ਉਹ ਹਜੇ ਪੀਜੀ ਦੀ ਅੱਗੇ ਚਲਾਣੀ ਆ ਨਰਸਰੀ ਦੇ ਥੋੜ੍ਹੇ ਜਿਹਾ ਹੋਰ ਕੰਮ ਕਰਵਾ ਰਹੇ ਨਾ ਤਾਂ ਅੱਗੇ ਹੋਰ ਬੱਚਾ ਪ੍ਰੋਸੈਸ ਹੋ ਜਾਏ ਇਹ ਵਾ ਕਾਈ ਤਾਂ ਜਦੋਂ ਚੱਲਦੀ ਉਦੋਂ ਜ਼ਿਆਦਾ ਮੰਗਵਾ ਲਿਆ ਕਰੋ ਇਹ ਤਾਂ ਪੀਜੀ ਦੇ ਲੈਵਲ ਦੀ ਆ ਮਸਲਾ ਦਿਸਦੇ ਹੋ ਗਏ ਮੈਂ 15 ਸੈਟ ਮੰਗਾਏ ਸੀ ਨਾ ਉਹ ਤਾਂ ਇਹਦੇ ਨਾਲ ਜਿਹੜੇ ਹੁਣ ਤੇ ਕੰਮ ਚੱਲ ਰਿਹਾ ਆ ਜਾਂਦੀ ਆ ਨੇ ਬਾਅਦ ਜਰ ਬਹੁਤ ਮਸਲਾ ਬਣਦਾ ਵਾ ਅੱਛਾ ਉਹ ਸੀਗੀ ਥੋੜ੍ਹੀ ਜਿਹੀ ਵਿੱਚ ਖੁਦ ਲਿਖਣ ਵਾਲਾ ਕੰਮ ਹੈ ਸੀ ਉਹ ਦਿਖਾ ਦਿਓ ਕੋਈ ਤਾਂ ਨਹੀਂ ਸਰ ਇਹੀ ਤੇ ਹੈਗੀ ਵੀ ਹੁਣ ਕਿੱਦਾਂ ਦਿਖਾਵਾਂਗੇ ਅਸੀਂ ਉਹ ਦਿਨ ਹੁੰਦੇ ਆ ਵੀ ਤੂੰ ਉਹੀ ਤੁਹਾਨੂੰ ਮੰਗਵਾ ਦਿੰਦੇ ਹਾਂ ਇੱਕ ਦਿਨ ਵੇਟ ਕਰ ਜੀ ਚਲੋ ਅੱਛਾ ਉਹੀ ਮੰਗਵਾਓ ਫਿਰ ਆਹੋ ਕਿੰਨੇ ਸੈਟ ਦੇ ਮੰਗਵਾ ਦੇ ਸੈਟ ਮੰਗਵਾ ਆਪਾਂ ਠੀਕ ਆ ਉਹ ਆ ਜਾਣਗੇ ਕਿਉਂਕਿ ਹੁਣ ਅੱਜ ਕੱਲ੍ਹ ਰਸ਼ ਹੈਗਾ ਵਾ ਉਹ ਦਿਖਾਉਣਾ ਮਸਲਾ ਬਣ ਜਾਂਦਾ ਹੈ ਹੋਰ ਹੋਰ ਮਤਵਾਦਰ ਕੋਈ ਹੋਰ ਚੀਜ਼ ਇਸ ਤਰ੍ਹਾਂ ਡਾਲਰ ਦੀ ਪੈਨਸਲ ਲਾ ਲਓ ਡਾਲਰ ਤੋਂ ਅੱਛੀ ਹੋਰ ਕਿਹੜੀ ਹੋਣੀ ਹੈ ਕਿੰਨੇ ਦੀ ਸੇਲ ਹੁੰਦੀ ਉਹ 20 ਰੁਪਏ ਦੀ ਦੱਸਦੀ ਨਹੀਂ ਹੈ ਉਹ ਨਹੀਂ ਦੱਸਦੀ ਕਿਤੋਂ 10 ਤਾਰੀਖ ਤੋਂ ਬਹੁਤ ਅਲੱਗੀ ਗੱਲ ਆ ਗਈ ਹੈ ਵੀ ਪੈਨਸਲ 20 ਰੁਪਏ ਦੀ ਕਿਹੜਾ 10 ਵਾਲੀ ਇਹ ਵਾਲੀ ਹਾਂ ਅੱਛਾ ਮੈਂ ਕਿਹਾ 10 ਵਾਲੀ ਹੈ ਕੀ ਕਰ ਰਹੇ ਹੋ
ਫੋਟ ਵਾਲੀ ਕਹਿੰਦੇ ਆਈ ਹੋਰ ਉਹੀ ਤੇਰੇ ਨਾਲ ਸ਼ਾਮੀ ਆ ਜਾਏਗੀ ਕੱਲ੍ਹ ਦੀ ਲਈ ਯਾਰ ਲਿਖਾਈ ਸੀ ਮਗਰ ਲੱਗ ਜਾਂਦੇ ਅੰਦਰੋਂ ਹੀ ਤੇ ਬਾਹਰੋਂ ਲਿਖਿਆ ਤਾ